ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ। ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਦਿੱਤੇ ਤੇ ਜਿਸ ਦੇ ਦੌਰਾਨ ਸੁਖਪਾਲ ਖਹਿਰਾ ਨੂੰ ਇਹ ਗੱਲ ਕਹੀ ਕਿ ਸਾਈਕਲ ਦਾ ਸਟੈਂਡ ਵੀ ਹੁੰਦਾ, ਦੋਜੀਆਂ ਦਾ ਸਟੈਂਡ ਵੀ ਹੁੰਦਾ, ਪਰ ਸੁਖਪਾਲ ਖਹਿਰਾ ਦਾ ਕੋਈ ਸਟੈਂਡ ਨਹੀਂ ਹੈ। ਤੇ ਜਿਸ ਦੇ ਦੌਰਾਨ ਹੁਣ ਸੁਖਪਾਲ ਸਿੰਘ ਖਹਿਰਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਤੇ ਪਲਟ ਵਾਰ ਕਰਦੇ ਹੋਏ ਫਿਰ ਤੋਂ ਸੁਖਪਾਲ ਖਹਿਰਾ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਭੱਦੀ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਦੋਜੀਆਂ ਦਾ ਸਟੈਂਡ ਹੁੰਦਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਮੈਂ ਕੱਲ੍ਹ ਵੀ ਉਹੀ ਸਟੈਂਡ 'ਤੇ ਸੀ ਅਤੇ ਮੈਂ ਅੱਜ ਵੀ ਉਹੀ ਸਟੈਂਡ 'ਤੇ ਖੜ੍ਹਾ ਹਾਂ ਅਤੇ ਮੈਂ ਪੰਜਾਬ ਦੇ ਲਈ ਸਟੈਂਡ ਲਈ ਖੜ੍ਹਾ ਹਾਂ। ਅਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਭਗਵੰਤ ਸਿੰਘ ਇੰਨਾ ਚੰਗਾ ਹੁੰਦਾ ਤਾਂ ਅੱਜ ਤੇਰੇ ਜਵਾਕ ਤੇਰੇ ਨਾਲ ਹੁੰਦੇ ਤਾਂ ਤੈਨੂੰ ਦੂਜਿਆਂ ਦੀ ਲੋੜ ਪੈਂਦੀ ਨਾ। ਅਤੇ ਇਹ ਬਿਆਨ ਸੁਖਪਾਲ ਸਿੰਘ ਖਹਿਰਾ ਨੇ ਦਿੱਤੇ ਅਤੇ ਜਿਸ ਦੇ ਦੌਰਾਨ ਹੁਣ ਤਿਤਲੀਆਂ ਵਾਲੇ ਬਿਆਨ ਨੂੰ ਲੈ ਕੇ ਲਗਾਤਾਰ ਪੂਰੀ ਤਰ੍ਹਾਂ ਸਿਆਸਤ ਗਰਮਾ ਗਈ ਹੈ ਅਤੇ ਉੱਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਸਟੈਂਡ 'ਤੇ ਵੀ ਸਵਾਲ ਜਿਹੜੇ ਫਿਰ ਤੋਂ ਸੁਖਪਾਲ ਖਹਿਰਾ ਨੇ ਚੱਕੇ ਨੇ ਅਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸੁਖਪਾਲ ਸਿੰਘ ਖਹਿਰਾ ਦਾ ਹੋਰ ਕੀ ਕਹਿਣਾ। ਇੱਕ ਤੂੰ ਪ੍ਰਤਾਪ ਸਿੰਘ ਬਾਜਵਾ ਦੇ ਮੁੰਡੇ ਬੜੇ ਬਾਰੇ ਬੜੀ ਘਟੀਆ ਗੱਲ ਕੀਤੀ, ਖੁਸ਼ੀ ਜ਼ੀਰੋ ਥੱਲੇ ਲੈਵਲ ਦੀ। ਅਖੇ ਕਲਾਕਾਰ ਜਿਹੜਾ ਤੂੰ ਬਣਾਉਣਾ ਚਾਹੁੰਦਾ ਆਪਣੇ ਮੁੰਡੇ ਨੂੰ, ਉਹ ਪੈਸੇ ਨਾਲ ਨਹੀਂ ਬਣ ਸਕਦਾ। ਤੂੰ ਫਿਲਮ ਬਣਾਉਣਾ ਚਾਹੁੰਦਾ, ਉਹ ਕਲਾਕਾਰ ਬਣ ਨਹੀਂ ਸਕਦਾ। ਕੀ ਗੱਲ ਕਲਾਕਾਰ, ਤੂੰ ਹੀ ਬਣ ਸਕਦਾ ਸੀ ਕੱਲ੍ਹ, ਤੂੰ ਕਲਾਕਾਰ ਹੈ ਕਿੱਥੋਂ ਦਾ, ਦੱਸ ਮੈਨੂੰ ਜ਼ਰਾ। ਤੈਨੂੰ ਲੋਕ ਤੇਰਾ ਨਾਮ, ਮੈਂ ਨਹੀਂ ਕਹਿੰਦਾ ਤੇਰਾ ਨਾਮ ਰੱਖਿਆ ਲੋਕਾਂ ਨੇ ਭੰਡ, ਤੇਰਾ ਨਾਮ ਰੱਖਿਆ ਲੋਕਾਂ ਨੇ ਝੰਡਾ। ਉਸ ਵਿਕਰਮ ਬਾਜਵੇ ਸੋਰੀ ਪ੍ਰਤਾਪ ਸਿੰਘ ਬਾਜਵੇ ਦਾ ਬੇਟੇ ਦਾ ਨਾਂ ਹੈਗਾ ਵਿਕਰਮ, ਉਹਦਾ ਕੋਈ ਨਾਮ ਰੱਖਿਆ ਕਿਤੇ ਕਿਸੇ ਤਰੀਕੇ ਨਾਲ? ਔਰ ਪੰਜਾਬ ਦੀ ਇਹ ਇੱਕ ਹਰ ਮਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਬੱਚੇ ਦੀ ਅੱਛਾ ਭਵਿੱਖ ਪੈਦਾ ਕਰੀਏ। ਪ੍ਰਤਾਪ ਸਿੰਘ ਬਾਜਵਾ ਆਪਣੇ ਬੱਚੇ ਦੇ ਅੱਛੇ ਭਵਿੱਖ ਵਾਸਤੇ ਯਤਨਸ਼ੀਲ ਹੈ, ਜਿਹੜੇ ਕਿ ਸਾਰੇ ਯਤਨਸ਼ੀਲ ਨੇ। ਤੇਰੇ ਵਾਂਗੂ ਨਹੀਂ ਗਏ ਭਗਵੰਤ ਸਿੰਘ ਮਾਨ ਕਿ ਪਹਿਲੇ ਬੱਚੇ ਛੱਡ ਦਿੱਤੇ, ਉਹ ਵਿਚਾਰੇ ਤੇਰੇ ਬੱਚੇ ਰੋਂਦੇ ਫਿਰਦੇ, ਤੇਰੀ ਲੜਕੀ ਤੇਰੇ ਜੋ ਤੁਸੀਂ ਪਹਿਲੀ ਘਰਵਾਲੀ ਦੇ ਨਾਲ ਮਿਸਬਿਹੇਵ ਕਰਦੇ, ਕੁੱਟਦੇ ਮਾਰਦੇ ਸੀ ਦਾਰੂ ਪੀ ਕੇ। ਉਹਨੇ ਆਣ ਕੇ ਪਬਲਿਕ ਡੋਮੇਨ 'ਚ ਕਿਹਾ ਪ੍ਰਤਾਪ ਬਾਜਵਾ ਦੇ ਕਿਸੇ ਬੱਚੇ ਨੇ ਪ੍ਰਤਾਪ ਬਾਜਵਾ ਦੇ ਉੱਤੇ ਇੱਦਾਂ ਦੀ ਕੋਈ ਇਲਜ਼ਾਮ ਲਾਇਆ ਕਦੇ? ਇਹ ਤੇਰੀ ਮਾਨਸਿਕਤਾ ਬੋਲ ਰਹੀ ਹੈ। ਔਰ ਜਿਹੜਾ ਤੁਸੀਂ ਉਦੋਂ ਵਿਧਾਨ ਸਭਾ ਚੁੰਗਲਾਂ ਕਰਕੇ ਕਰਦੇ ਸੀਗੇ, ਉਹ ਚੀਫ ਮਿਨਿਸਟਰ ਦੇ ਅਹੁਦੇ ਦੀ ਤੂੰ ਬਿਲਕੁਲ ਜਿਹੜੀ ਉਹਦੀ ਐਡੇ ਵੱਡੇ ਪੱਧਰ 'ਤੇ ਉਹਦੀ ਤੁਹੀਨ ਕਰ ਦਿੱਤੀ, ਉਹਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਅੱਜ ਪੰਜਾਬ ਦੇ ਚੀਫ ਮਿਨਿਸਟਰ। ਦੇਖੋ ਮੈਂ ਕਿਸੇ ਦਾ ਕੋਈ ਸਪੋਰਟਰ ਨਹੀਂ, ਲੇਕਿਨ ਅਮਰਿੰਦਰ ਸਿੰਘ ਨੂੰ ਲੋਕ ਕਹਿੰਦੇ ਸੀ ਕੈਪਟਨ ਸਾਹਿਬ ਆ ਰਹੇ ਨੇ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਵੱਡੇ ਬਾਦਲ ਸਾਹਿਬ ਆ ਰਹੇ ਨੇ ਜੀ, ਹਾਲਾਂਕਿ ਮੈਂ ਤਾਂ ਇੱਦਾਂ ਰਿਹਾ ਉਹਨਾਂ ਦੇ ਨਾਲ, ਪਰਚੇ ਮਿਲਦੇ ਵੀ ਉਹਨਾਂ ਨੇ ਦਰਜ ਕੀਤੇ ਨੇ। ਪਰ ਅੱਜ ਕੀ ਕਹਿੰਦੇ? ਉਹ ਜਾਂਦਾ ਭਗਵੰਤ, ਉਹ ਜਾਂਦਾ ਭਗਵੰਤ, ਤੈਨੂੰ ਤੂੰ ਤੂੰ ਕਰਕੇ ਬੁਲਾਉਂਦੇ, ਬਿਕੋਜ਼ ਦੈਟ ਇਜ਼ ਦ ਰਿਸਪੈਕਟ ਦੈਟ ਯੂ ਹੈਵ ਅਰਨ ਫਰੋਮ ਦ ਪੀਪਲ ਆਫ ਪੰਜਾਬ। ਰਿਸਪੈਕਟ ਤਾਂ ਟੂ ਵੇ ਟ੍ਰੈਫਿਕ ਹੁੰਦੀ ਆ, ਤੂੰ ਰਿਸਪੈਕਟ ਦੇਵੇਂਗਾ ਅਤੇ ਰਿਸਪੈਕਟ ਲਵੇਂਗਾ। ਉਦੋਂ ਤੂੰ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਕਰਕੇ ਕਿੱਦਾਂ ਬੁਲਾਉਣਾ, ਅਤੇ ਅੰਦਰ ਆਪਣੇ ਇੱਕ ਐਡੇ ਹੰਕਾਰ 'ਚ ਬੋਲ ਰਿਹਾ ਸੀਗਾ। ਤੈਨੂੰ ਅੰਦਰ ਵੀ ਕਿਹਾ ਸੀਗਾ ਕਿ ਰਿਸਪੈਕਟ ਲੈਣ ਵਾਸਤੇ ਪਹਿਲਾਂ ਆਪਣੇ ਕੁਲੀਗਸ ਨੂੰ ਰਿਸਪੈਕਟ ਦੇਣੀ ਸਿੱਖੋ, ਪਰ ਤੁਹਾਨੂੰ ਹੰਕਾਰ ਹੀ ਇੰਨਾ ਜ਼ਿਆਦਾ ਹੋ ਗਿਆ। ਮੈਨੂੰ ਲੱਗਦਾ ਸੁਖਬੀਰ ਬਾਦਲ ਨੂੰ ਟਿੱਚਰਾਂ ਕਰਦੇ ਹੁੰਦੇ ਸੀ, ਉਹਨਾਂ ਦੇ ਨਾਮ ਕਿੱਦਾਂ ਲੈਂਦਾ ਸੀਗਾ? ਸਿਮਰੂ। ਹੁਣ ਤੇਰੇ ਤੁਹਾਡੇ ਪਰਿਵਾਰ ਦੇ ਮਤਲਬ ਕੋਈ ਬੋਲੇ ਤਾਂ ਪੁਲਿਸ ਚਾੜ ਦੇਣਾ, ਉੱਥੇ ਪਰਚੇ ਦਰਜ ਕਰਾ ਦੇਣਾ। ਔਰ ਦੋਸਤੋ, ਮੈਂ ਇਹਨੂੰ ਇਹਦੇ ਸਾਹਮਣੇ ਕਿਹਾ ਕਿ ਭਗਵੰਤ ਤੂੰ ਝੂਠਾ ਪਰਚਾ ਦਰਜ ਕੀਤਾ ਮੇਰੇ ਉੱਤੇ, ਕੋਈ ਇਹਦੇ ਕੋਲ ਜਵਾਬ ਨਹੀਂ ਸੀਗਾ। ਤੁਸੀਂ ਆਖੇ ਮੇਰੀਆਂ ਮਿੰਨਤਾਂ ਕੱਢਦੇ ਸੀ, ਮੈਂ ਕਿਹਾ ਤੇਰੀ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ, ਜਿਹ 'ਚ ਕਹਿੰਦਾ ਸੀਗਾ ਕਿ ਖਹਿਰਾ ਤਾਂ ਬੜਾ ਨਿਰਦੋਸ਼ ਬੰਦਾ ਵਾ, ਖਹਿਰੇ ਦੇ ਨਾਲ ਬੜੀ ਜਾਤੀ ਹੋ ਰਹੀ ਆ, ਉਹਦੇ ਨਾਲ ਵਿੰਡੇਟਾ ਹੋ ਰਿਹਾ ਵਾ, ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂੰਗਾ। ਉਹੀ ਪਰਚਾ ਕਿ ਮੇਰੇ 'ਤੇ ਦਰਜ ਕੀਤਾ ਇਹਨਾਂ ਨੇ। ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਟਿੱਚਰਾਂ ਕਰਦਾ ਸੀ, ਆਖੇ ਜੀ 25 ਸਾਲ ਰਾਜ ਕਰਨਾ, ਉਹ ਨਹੀਂ ਨਾ ਹੈਗਾ ਅੱਜ ਉੱਥੇ ਕਿਤੇ ਵੀ, ਉਹਨਾਂ ਦੀ ਪਾਰਟੀ ਡਾਊਨ ਆ ਕੇ 3 ਸੀਟਾਂ ਦੇ। ਇਹ ਜਿਹੜੀ ਆ ਨਾ ਸੱਤਾ, ਰਾਜ ਸੱਤਾ, ਇਹ ਪੱਕੀ ਨਹੀਂ ਰਹਿੰਦੀ ਹੁੰਦੀ ਕਦੇ ਕਿਸੇ ਦੇ ਕੋਲ,
ਇੱਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਲੱਭੇ ਮੁੜ ਕੇ ਕਿਸੇ ਨੇ ਉਹਨਾਂ ਦੇ ਉਹਨਾਂ ਦੀ ਮਜ਼ਾਰ ਤੇ ਜਾ ਕੇ ਅਸੀਂ ਜੁੱਤੀ ਵੀ ਨਹੀਂ ਮਾਰੀ ਹੈਗੀ ਆ। ਇੰਨਾ ਹੰਕਾਰ ਮਤ ਕਰ, ਇੰਨਾ ਹੰਕਾਰ ਮਤ ਕਰ। ਅੱਤ ਤੇ ਖੁਦਾ ਦਾ ਵੈਰ ਹੁੰਦਾ ਇਹ ਹੰਕਾਰ। ਕਮ ਡਾਊਨ ਟੂ ਯੋਰ ਗਰਾਊਂਡ, ਕਮ ਡਾਊਨ ਟੂ ਗਰਾਊਂਡ। ਤੁਹਾਨੂੰ ਲੋਕਾਂ ਨੇ ਇਲੈਕਟ ਕੀਤਾ ਵਾ, ਕੰਮ ਕਰਨ ਵਾਲੇ ਨੇ ਪੰਜਾਬ ਦੇ, ਬਾਰਡਰ ਖੁਲਵਾਉਣ ਵਾਲਾ ਪਾਕਿਸਤਾਨ ਦੇ ਨਾਲ, ਗੈਰ ਪੰਜਾਬੀਆਂ ਦਾ ਕਾਨੂੰਨ ਬਣਾਉਣ ਵਾਲਾ ਜਿਹੜਾ ਹਿਮਾਚਲ ਪ੍ਰਦੇਸ਼, ਗੁਜਰਾਤ ਔਰ ਰਾਜਸਥਾਨ ਤੇ ਉੱਤਰਾਖੰਡ ਨੇ ਬਣਾਏ ਹੋਏ ਨੇ ਤਾਂ ਕਿ ਸਾਡੇ ਬੱਚਿਆਂ ਦੀਆਂ ਨੌਕਰੀਆਂ ਗੈਰ ਪੰਜਾਬੀ ਆਣ ਕੇ ਬਾਹਰੋਂ ਨਾ ਖੋਲ, ਮੀਥੇਰ ਝੂਠ ਬੋਲਦਾ ਸੀਗਾ। ਐਵਰੀਥਿੰਗ ਕੈਨ ਬੀ ਪ੍ਰੀਵੈਂਟਿਡ। ਵਿਧਾਨ ਸਭਾ ਇਜ਼ ਐਨ ਆਟੋਨੋਮਸ ਬਾਡੀ, ਅਸੀਂ ਕੋਈ ਮਤਾ ਪਾਸ ਕਰ ਸਕਦੇ ਹਾਂ, ਕੋਈ ਕਾਨੂੰਨ ਬਣਾ ਸਕਦੇ ਹਾਂ। ਇੱਕ ਵੀ ਬੱਚਾ ਹਰਿਆਣੇ ਦਾ ਨੌਕਰੀ ਨਹੀਂ ਲੈ ਸਕਦਾ, ਲਿਆਓ ਦੇ, ਜੇ ਤੁਹਾਡੇ ਤੋਂ ਨਹੀਂ ਕਰ ਹੁੰਦਾ ਲਿਆਓ ਸੁੱਟੋ ਇੱਧਰਲੇ ਪਾਸੇ ਸੱਤਾ। ਤੁਹਾਨੂੰ ਦੱਸਾਂਗੇ ਕਿ ਕਿੱਦਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ, ਕੇਵਲ ਪੰਜਾਬ ਦੇ ਨੌਕਰੀਆਂ ਨੌਜਵਾਨਾਂ ਵਾਸਤੇ ਰਹਿਣਗੀਆਂ। ਅੱਜ ਤਾਂ ਸਾਰੀਆਂ ਤੁਸੀਂ ਜੇਈ ਦੀਆਂ ਪੋਸਟਾਂ ਕੱਢੀਆਂ, ਉਹ ਸਾਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਪੇਪਰ ਲੀਕ ਹੋਇਆ ਵਾ, ਸਾਰੇ ਹਰਿਆਣੇ ਦੇ ਆ ਗਏ ਨੇ। ਪਹਿਲਾਂ ਤੁਸੀਂ ਬਿਜਲੀ ਬੋਰਡ ਦੀਆਂ ਕੱਢੀਆਂ, ਸਾਰੇ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਆ ਗਏ ਨੇ, ਕਿਉਂਕਿ ਤੁਸੀਂ ਸ਼ਰਤ ਹੀ ਨਹੀਂ ਰੱਖਦੇ ਕਿ ਬੋਨਾਫਾਈਡ ਹੀ ਪੰਜਾਬੀ ਹੋਣਾ ਚਾਹੀਦਾ। 12ਵੀਂ 10ਵੀਂ ਦਾ ਸਰਟੀਫਿਕੇਟ ਪਹਿਲਾਂ ਲੱਗਣਾ ਚਾਹੀਦਾ, ਪਹਿਲਾਂ, ਨੋਟ ਲੇਟਰ। ਬਾਅਦ ਤਾਂ ਨਕਲ ਮਾਰ ਕੇ ਪੈਸੇ ਦੇ ਕੇ ਬਿਜਲੀ ਸਕੂਲ ਐਜੂਕੇਸ਼ਨ ਬੋਰਡ ਤੋਂ ਖਰੀਦ ਕੇ ਨਾਲ ਬਾਅਦ 'ਚ ਨੌਕਰੀਆਂ ਚਲਾ ਦਿੰਦੇ ਨੇ। ਔਰ ਜੇ ਇਹ ਲਾਅ ਬਣੇਗਾ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਇੱਥੇ ਵੋਟਰ ਨਹੀਂ ਬਣ ਸਕਦਾ, ਜ਼ਮੀਨ ਨਹੀਂ ਲੈ ਸਕਦਾ, ਮਾਲਕ ਨਹੀਂ ਬਣ ਸਕਦਾ, ਹੀ ਵਿਲ ਨੋਟ ਬੀ ਅ ਬੋਨਾਫਾਈਡੀ ਪੰਜਾਬੀ। ਗੱਲ ਮੁੱਕ ਜੂ, 75 ਲੱਖ ਪੰਜਾਬੀ ਆਪਣਾ ਬਾਹਰ ਵਿਦੇਸ਼ਾਂ ਜਾ ਚੁੱਕਾ ਵਾ ਉਹਨਾਂ ਦੀ ਜਗ੍ਹਾ ਤੇ। ਔਰ ਅਗਰ ਅਸੀਂ ਨਾ ਇਹ ਕਾਨੂੰਨ ਲੈ ਕੇ ਆਏ, ਉਹ ਦਿਨ ਦੂਰ ਨਹੀਂ ਗਾ ਜਿੱਦਣ ਪੰਜਾਬ ਇੱਕ ਗੈਰ ਪੰਜਾਬੀਆਂ ਦੀ ਸਟੇਟ ਬਣ ਕੇ ਰਹਿ ਜਾਏਗੀ, ਕਿਉਂਕਿ ਸਾਡੇ ਬੱਚੇ ਸਾਰੇ ਵਿਦੇਸ਼ਾਂ ਨੂੰ। ਔਰ ਤੂੰ ਕਹਿੰਦਾ ਕਿ ਅਸੀਂ ਨੌਕਰੀਆਂ ਦੇਣੀਆਂ, ਬਾਹਰੋਂ ਮੁੜੇ ਆਉਣਗੇ ਲੋਕ, ਕਿਹੜਾ ਮੁੜ ਕੇ ਆਇਆ ਦੱਸਿਓ ਜਰਾ, ਮੈਨੂੰ ਸਮਝਾਇਓ ਚੰਗੀ ਤਰ੍ਹਾਂ ਨਾਲ। ਉੱਦਾਂ ਹੀ ਜਹਾਜ਼ਾਂ ਦੇ ਜਹਾਜ਼ ਭਰ ਕੇ ਕੈਨੇਡਾ, ਆਸਟ੍ਰੇਲੀਆ ਆਦਿ ਜਾ ਰਹੇ ਨੇ। ਸੋ ਇਹ ਮੇਰੀਆਂ ਗੱਲਾਂ ਸੀਗੀਆਂ। ਵੈਸੇ ਮੈਨੂੰ ਪਤਾ ਤੇ ਕਾਫੀ ਵੱਡੇ ਪੱਧਰ ਦੇ ਢੀਠ ਆ ਤੁਸੀਂ, ਤੁਹਾਨੂੰ ਕੋਈ ਲੱਥੀ ਚੜੀ ਵੀ ਹੈ ਨਹੀਂ, ਕਿ ਕੋਈ ਸ਼ਰਮ ਵੀ ਹੈ ਨਹੀਂ, ਕਿਉਂਕਿ ਜੇ ਤੂੰ ਆਪਣੀ ਜੇ ਭਗਵੰਤ ਤੇਰੇ ਤੇ ਆਪਣੀ ਲੜਕੀ ਤੇਰੀ ਇਲਜ਼ਾਮ ਲਾ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਆਣ ਕੇ, ਤੇ ਤੈਨੂੰ ਉਹਦੀ ਵੀ ਕੋਈ ਸ਼ਰਮ ਨਹੀਂ ਹੈਗੀ, ਜਾਂ ਤੈਨੂੰ ਜੋ ਰਵੱਈਆ ਤੂੰ ਉਦਣ ਅਦਾ ਕੀਤਾ ਉੱਥੇ, ਉਹਦੇ ਸਾਰੀ ਦੁਨੀਆ ਤੁਹਾਨੂੰ ਇਸ ਗੱਲ ਲਈ ਨੁਕਤਾਚੀਨੀ ਕਰ ਰਹੀ ਕਿ ਚੀਫ ਮਿਨਿਸਟਰ ਦਾ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਆਪੇ ਤੋਂ ਕੱਪੜਿਆਂ ਤੋਂ ਬਾਹਰ ਹੋਣਾ। ਔਰ ਜਦੋਂ ਕਿਤੇ ਮੈਨੂੰ ਜਾਂ ਕਿਸੇ ਵਿਰੋਧੀਆਂ ਨੂੰ ਦੇਖ ਲੈਂਦਾ, ਮੈਂ ਤਾਂ ਇਹਨੂੰ ਇੱਕ ਜਗ੍ਹਾ ਤੇ ਇਹ ਵੀ ਕਿਹਾ ਵਾ ਕਿ ਇੰਨਾ ਗੁੱਸਾ ਮਤ ਕਰ, ਕਿਤੇ ਨਸ ਨਾ ਫਾੜ ਲਈ ਆਪਣੀ, ਤੂੰ ਬ੍ਰੇਨ ਹੈਮਰੇਜ ਨਾ ਕਰਾ ਲਈ, ਕੰਟਰੋਲ ਯੋਰ ਸੈਲਫ, ਬਿਹੇਵ ਲਾਈਕ ਅ ਚੀਫ ਮਿਨਿਸਟਰ, ਡੂ ਵਾਟ ਯੂ ਹੈਵ ਬੀਨ ਇੰਟਰਸਟਿਡ ਟੂ ਡੂ। ਆਹ ਜਿਹੜੀਆਂ ਰੋਜ਼ ਚੁਟਕਲੇ ਸੁਣਾਉਣਾ, ਲੋਕਾਂ ਨੂੰ ਝੇਡਾਂ ਕਰਦਾ, ਇਹ ਸਾਰੀਆਂ ਜ਼ੁਬਾਨਾਂ ਸਾਨੂੰ ਵੀ ਆਉਂਦੀਆਂ ਨੇ, ਪਰ ਅਸੀਂ ਉਸ ਲੈਵਲ ਤੱਕ ਗਿਰਨਾ ਨਹੀਂ ਚਾਹੁੰਦੇ। ਅੱਜ ਮੈਨੂੰ ਮਜਬੂਰ ਹੋ ਕੇ ਆ ਤਿੱਤਲੀਆਂ ਦਾ ਤੇ ਸਟੈਂਡ ਦਾ ਤੇਰਾ ਜਵਾਬ ਦੇਣਾ ਪਿਆ। ਬਾਕੀ ਜਿੱਦਾਂ ਜਿੱਦਾਂ ਬੋਲੀ ਚੱਲੇਗਾ ਉਦਾਂ ਉਦਾਂ ਮੂਹਰਿਓਂ ਜਵਾਬ ਅਸੀਂ ਤਗੜੇ ਹੋ ਕੇ ਦਿੰਦੇ ਰਹਾਂ। ਪਰਚਿਆਂ ਪੁਰਚਿਆਂ ਦੀ ਗਲਤ ਫਹਿਮੀ ਨਾ ਰੱਖ, ਪਰਚਿਆਂ ਤੋਂ ਇਸ ਤਰ੍ਹਾਂ ਨਾਲ ਪੰਜਾਬ ਦੇ ਲੋਕ ਡਰਦੇ ਨਹੀਂ ਹੁੰਦੇ, ਔਰ ਪੰਜਾਬ ਦੇ ਲੋਕ ਬਹੁਤ ਦੂਰ ਤੋਂ ਯਾਦ ਰੱਖਦੇ ਨੇ, ਬਹੁਤ ਦੂਰ ਤੱਕ ਯਾਦ ਰੱਖਦੇ ਨੇ। ਯਾਦ ਰੱਖੀ ਤੂੰ, ਔਰ ਤੇਰੇ ਤੋਂ ਝੱਲ ਨਹੀਂ ਹੋਣੀਆਂ ਗੱਲਾਂ ਜੋ ਤੁਸੀਂ ਦੂਜਿਆਂ ਤੇ ਕਰਦੇ ਨਾ, ਤਸ਼ੱਦਦ। ਔਰ ਮੇਰੇ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ, ਮੇਰੇ ਕੋਲ ਬਹੁਤ ਜ਼ਿਆਦਾ ਮਟੀਰੀਅਲ ਹੈ ਵਾਟ ਯੂ ਹੈਵ ਬੀਨ ਡੂਇੰਗ ਐਂਡ ਕਿਸ ਤਰ੍ਹਾਂ ਪੁਲਿਸ ਵਗੈਰਾ ਨੇ ਟੌਰਚਰ ਕੀਤੇ ਨੇ ਟੂ ਬਿਲਡ ਅ ਕੇਸ ਅਗੇਂਸਟ ਮੀ, ਆਈ ਹੈਵ ਗੋਟ ਆਲ ਦ ਇਨਫੋਰਮੇਸ਼ਨ। ਉਹ ਵਾਹਿਗੁਰੂ ਦਊਗਾ ਕੁਝ ਸਮੇਂ ਦੇ ਉੱਤੇ ਆਣ ਕੇ ਤੁਹਾਡਾ ਸਾਰਿਆਂ ਦਾ ਜਵਾਬ ਦੇ। ਮੈਂ ਬਦਲਾਖੋਰੀ 'ਚ ਪੈਣਾ ਨਹੀਂ ਚਾਹੁੰਦਾ, ਤੈਨੂੰ ਤਾਂ ਮੇਰੀ ਨੈਲਸਨ ਮੰਡੇਲਾ ਦੀ ਕਿਤਾਬ ਪੜ੍ਹੀ ਵੀ ਭੈੜੀ ਲੱਗਦੀ ਹੈ। ਅਖੇ ਜੀ, ਨੈਲਸਨ ਮੰਡੇਲੇ ਬਾਰੇ ਮੈਨੂੰ ਸਾਰਾ ਪਤਾ। ਰੱਖ ਬਹਿਸ, ਲੈਟਸ ਹੈਵ ਅ ਡਿਸਕਸ਼ਨ, ਇੰਟਰਨੈਸ਼ਨਲ ਐਂਡ ਨੈਸ਼ਨਲ ਐਂਡ ਪੰਜਾਬ ਅਫੇਅਰ ਜਿਹੜੀ ਰੱਖੀ ਸੀ ਨਾ, ਮੈਨੂੰ ਅੰਦਰ ਡੱਕ ਕੇ ਲੁਧਿਆਣੇ ਰੱਖ, ਦੁਬਾਰਾ ਬਹਿਸ ਜੇ ਤੇਰੇ 'ਚ ਬੰਦੇ ਵਰਗੀ ਜਾਨ ਹੈਗੀ, ਤੇ ਤੈਨੂੰ ਮੈਂ ਦੱਸੂੰਗਾ ਕਿ ਨੈਲਸਨ ਮੰਡੇਲਾ ਦਾ ਕੈਰੇਕਟਰ ਕੀ ਤੇ ਤੇਰਾ ਕੈਰੇਕਟਰ ਕੀ ਆ, ਤੇ ਸਾਡੇ ਪੰਜਾਬ ਦੇ ਮੁੱਦੇ ਕੀ ਆ, ਤੇ ਪੰਜਾਬ ਦੇ ਸੋਲਿਊਸ਼ਨਸ ਕੀ ਆ, ਕਿੱਦਾਂ ਪੰਜਾਬ ਨੂੰ ਡਾਇਵਰਸੀਫਾਈ ਕਰਨਾ, ਨੋਟ ਵਿਦ ਯੋਰ ਫੇਕ ਪ੍ਰੈਜੈਂਟੇਸ਼ਨ। ਜਿਹੜਾ ਬਜਟ ਤੁਸੀਂ ਕੀਤਾ, 60,000 ਕਰੋੜ ਰੁਪਏ ਦਾ ਕਰਜ਼ਾ ਚੱਕਤਾ ਦੋਵਾਂ ਸਾਲਾਂ 'ਚ, ਮੇਰੇ ਸਤਿਕਾਰਯੋਗ ਵੀਰੋ ਭੈਣੋ ਭਰਾਓ, ਮੈਂ ਝਾੜੂ ਵਾਲਿਆਂ ਨੂੰ ਕਹਿਣਾ ਚਾਹੁੰਦਾ, ਤੁਸੀਂ ਬੜੇ ਅੱਛੇ ਬੰਦੇ, ਤੁਹਾਡੇ ਵਰਕਰਸ ਜਜ਼ਬਾਤੀ ਨੇ,
ਇਸ ਬੇਵਕੂਫ ਬੰਦੇ ਦੇ ਪਿੱਛੇ ਮਤ ਲੱਗ ਕੇ ਆਪਣਾ ਫਿਊਚਰ ਖਰਾਬ ਕਰੋ, ਕਿਉਂਕਿ ਤੁਹਾਡੀ ਵਾਰੀ ਕਦੀ ਆਉਣੀ ਨਹੀਂ ਗੀ। ਵਾਰੀ ਆਉਣੀ ਆ ਤਿੱਤਲੀਆਂ ਦੀ, ਰਿੰਕੂ ਤਿੱਤਲੀ ਦੀ, ਜੀਪੀ ਤਿੱਤਲੀ ਦੀ, ਫਲਾਨੀ ਤਿੱਤਲੀ ਦੀ ਤੇ ਫਲਾਨੀ ਤਿੱਤਲੀ ਦੀ। ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਅੱਛੇ ਤਰੀਕੇ ਨਾਲ ਭਗਵੰਤ ਵੀ ਸਮਝ ਗਿਆ ਹੋਵੇਗਾ।